ਕੀ ਹਾਲ ਚਾਲ ਪਰਦੇਸੀਓ, ਕੀ ਹਾਲ ਆ ਗਿਆ ਬੁਲਟ? ਅਸੀਂ ਆਪਾਂ ਸਿਲੰਡਰ ਤੇ ਫਿਰਦੇ ਸੀਗੇ, ਗਲੀ ਤੇਰੀ ਵਿੱਚ ਘੇਰ ਲਿਆ ਨੀ ਆਪਾਂ ਸਿਲੰਡਰ ਯਾਰਾਂ ਦਾ। ਲਓ ਜੀ ਤੇ ਆਪਣਾ ਹਿੱਸਾ ਰੈਡੀ ਹੋ ਜਾਂਦਾ ਇੱਧਰ। ਹੋਰ ਫਿਰ ਮਿਸਤਰੀ ਅੱਜ ਦੇ ਦੋਗੇ ਰੈਡੀ ਕਰਕੇ ਸ਼ਾਮ ਤੱਕ? ਹਾਏ ਹਾਏ, ਐਂ ਧੱਕਾ ਧੱਕਾ ਵਾਲਾ ਕਰ ਦਿੰਦੇ। ਦੇਖੋ ਇੱਦਾਂ ਰੈਡੀ ਹੋ ਗਿਆ ਕੁਛ। ਇਹ ਬੈਕ ਸਾਈਡ ਆ, ਫਰੰਟ ਸਾਈਡ ਤਾਂ ਬਾਹਲੀ ਸੋਹਣੀ ਬਣ ਗਈ ਇਹਦੀ। ਕੋਈ ਨਾ ਕਰ ਲਓ ਤੁਸੀਂ, ਕੋਈ ਨਾ ਦਿਖਾ ਦਿੰਦੇ ਹਾਂ। ਚਲੋ ਦਿਖਾ ਦਿੰਦੇ ਹਾਂ ਫਿਰ ਆਪਾਂ। ਦੇਖੋ ਇੱਦਾਂ ਦਾ ਕੁਛ ਬਣ ਗਿਆ। ਹਜੇ ਇੱਥੇ ਬਿਲਡਿੰਗ ਭਰਨੀ ਹੈ ਨਾ, ਹਜੇ ਇੱਥੇ ਭਰਨੀ ਹੈਗੀ ਅਤੇ ਬਾਕੀ ਦੇਖੋ ਤੁਸੀਂ ਐਂ ਗੱਲ ਬਣ ਗਈ ਪੂਰੀ। ਅਤੇ ਆਪਾਂ ਪੇਂਟ ਹੋ ਜਾਣਾ ਬਾਅਦ 'ਚ, ਤਾਂ ਪਤਾ ਨਹੀਂ ਲੱਗਣਾ ਵੀ ਇਹ ਜਾਂ ਅਸੀਂ ਵੱਲੋਂ ਕਰਾਇਆ ਹੋਇਆ ਜਾਂ ਬਾਅਦ 'ਚ ਹੋਇਆ ਹੋਇਆ, ਕੁਛ ਨਹੀਂ ਪਤਾ ਲੱਗਣਾ। ਦੇਖੋ ਪੂਰਾ ਭਰਤਾ ਮਿਸਤਰੀ ਹੁਣ, ਇੱਧਰ ਵੀ ਭਰ ਦੇਣਾ ਹੈ ਨਾ ਸਮਾਰ ਕੇ, ਅਤੇ ਬਾਪ ਗੱਲ ਬਣ ਗਈ। ਇਹ ਭਰ ਕੇ ਕਿਹਾ ਫਿਰ ਬਿਲਡਿੰਗ ਹੋ ਜਾਣੀ ਆ, ਮਤਲਬ ਕਹਿੰਦੇ ਆ ਸ਼ਾਮ ਨੂੰ ਦੇਵਾਂਗੇ। ਉਹਨਾਂ 'ਚ ਅਸੀਂ ਕੋਈ ਨਾ ਕੋਈ ਹੋਰ ਕੰਮ ਕਰ ਲੈਂਦੇ ਹਾਂ, ਪੇਂਟ ਪੂੰਟ ਮਾਰ ਕੇ। ਹਿੱਸਾ ਤੁਹਾਨੂੰ ਆਪਾਂ ਦਿਖਾ ਤਾ ਅਤੇ ਆਰਮੀ ਡੋਲ ਆਪਣਾ ਆ ਗਿਆ ਸੀਗਾ, ਹੁਣ ਆਰਮੀ ਡੋਲ ਫਿੱਟ ਕਰਾਉਣ ਲੱਗੇ ਹਾਂਗੇ। ਆਰਮੀ ਡੋਲ ਤਾਂ ਫਿੱਟ ਕਰਾ ਲਈ ਉਹਨਾਂ ਚਿਰ, ਮੈਂ ਕਿਹਾ ਆਹ ਸੀਗਾ ਆਪਣਾ ਆਰਮੀ ਡੋਲ ਅਤੇ ਇਹਦੇ ਸਪੈਂਡਲ ਵਗੈਰਾ, ਜਿਹੜੇ ਸਪੈਂਡਲ ਨਹੀਂ ਸੋਰੀ ਆ ਕੀ ਹੁੰਦੇ ਆਪਣੇ ਐਂਡ ਸੀਗੇ, ਉਹ ਆਪਾਂ ਜੈਨੂਅਨ ਪਾਰਟ ਲਿਆਂਦੇ, ਜੈਨੂਅਨ ਜਮਾਂ ਜਾਉਂਡੀਅਰ ਦੇ। ਅਸੀਂ ਫਿਰ ਜੈਨੂਅਨ ਕੰਮ ਹੀ ਕਰ ਦਿੰਦੇ, ਮਾੜਾ ਕੰਮ ਕਦੇ ਕੀਤਾ ਹੀ ਨਹੀਂ। ਲਓ ਜੀ ਮਿਸਤਰੀ ਨੇ ਰੰਗ ਮਾਰ ਕੇ ਰੈਡੀ ਕਰਤਾ, ਬਣ ਗਈ ਗੱਲਬਾਤ। ਉਹ ਸਪੈਂਡਲ ਸਪੁੰਡਲ ਪਾਉਣੇ ਆ, ਬਾਅਦ 'ਚੋਂ ਪਹਿਲਾਂ ਸੈਂਟਰ ਪਿੰਨ ਪਾਉਣ ਲੱਗੇ ਜੀ ਮਿਸਤਰੀ ਹੋਣੀ। ਅਤੇ ਦੇਖੋ ਤੁਸੀਂ ਐਂ ਜਿਹਾ ਬਣਾਇਆ ਜੀ ਗਾਰਡ ਆਪਾਂ, ਅਤੇ ਇਹਦੇ 'ਚ ਹੁਣ ਪੇਂਟ ਮਾਰਨਾ ਯਾਰ ਆਪਾਂ, ਹੈ ਨਾ। ਅਤੇ ਗ੍ਰੀਨ ਪੇਂਟ ਹੁਣ ਏਜੰਸੀ 'ਚੋਂ ਲਿਆਉਣਾ ਪੈਣਾ ਗਾ, ਮੈਂ ਮੰਗਵਾਉਣਾ। ਫਿਲਹਾਲ ਤਾਂ ਇੱਥੇ ਹਰਾ ਰੰਗ ਹੋ ਰਿਹਾ ਦੇਖੋ, ਮਤਲਬ ਇਹ ਤਾਂ ਉਹ ਦੂਜਾ ਰੰਗ ਬਾਅਦ 'ਚੋਂ ਲਿਆ ਕੇ ਮਾਰ ਦਾਂਗੇ ਏਜੰਸੀ 'ਚੋਂ, ਹੁਣ ਟਾਈਮ ਹੈ ਨਹੀਂ ਹੈਗਾ। ਜਿਹਦੀ ਜਿਹਦੀ ਕਿਹਾ ਫਿੱਟ ਕਰਾਂਗੇ, ਚੱਲੀਏ ਫਿਰ ਲੈ ਕੇ ਇਹਨੂੰ। ਕਾਹਦੇ ਲੈ ਕੇ ਚੱਲੀਏ ਧਰ ਕੇ ਇਹਨੂੰ? ਸਵਰਾਜ ਦੀ ਸੋਹ ਕਦੇ ਖਰਾਬ ਕੀਤੀ ਆ, ਇਹੀ ਕੰਮ ਵਾਲੀ। ਇਹ ਤਾਂ ਸਮਾਨ ਸਮੂਨ ਰੱਖਣ ਵਾਲੀ ਆ, ਇਹ ਤੇ ਚੁੱਲ੍ਹਾ ਰੱਖ ਕੇ ਹੁਣ ਆਪਾਂ ਲੈ ਜਾਣਾ। ਉਹ ਵੀ ਫਿੱਟ ਹੋ ਗਿਆ ਆਪਣਾ ਹਿੱਸਾ, ਪੱਤੀਆਂ ਜੀ ਮੈਂ ਲਹਾ ਤੀਆਂ, ਇਹਨਾਂ ਦਾ ਹੁਣ ਕੋਈ ਕੰਮ ਨਹੀਂ ਗਾ। ਇਹ ਪਹਿਲਾਂ ਲੱਗੇ ਬਾਹਰ ਲੜ ਲਈ, ਖੜੇ ਟ੍ਰੈਕਟਰ ਦੀ ਕੀਤੀ ਹੋਈ ਆ। ਲਓ ਜੀ ਲਾਓ ਵੀ ਜ਼ੋਰ, ਲਾਓ ਜ਼ੋਰ, ਲਾ ਪਵਾ ਲਾ ਹੱਥ, ਬਾਸੀਆਂ ਲਈ ਜਾਣ ਆ ਗਿਆ। ਮੋਹਰ ਨੂੰ ਕਰ ਲਓ ਥੋੜ੍ਹਾ ਹੋਰ ਦੇਖ ਨਾ ਜਾ ਕੇ ਸਾਰਾ ਕੋਈ ਰਾਹ ਹੀ ਖੰਡਾਉਂਦਾ ਜਾਵੇ। ਇੱਕ ਸਪੈਂਟ ਲੋਹ ਪਿਆ, ਇੱਕ ਗਾਂ ਪਿਆ, ਸਮਾਰ ਕੇ ਇੱਧਰ ਪਾ ਦੇ, ਇਹਦੇ 'ਚ ਪਾ ਦੇ। ਆ ਬਣ ਗਿਆ ਜਾਉਂਡੀਆ ਦਾ ਹਿੱਸਾ ਉੱਚਾ, ਅੱਜ ਜਾਊ ਜਾਉਂਡੀਆ ਘਰੇ। ਕਿੰਨੇ ਦਿਨ ਹੋ ਗਏ ਇੱਥੇ ਖੜਾ ਵਿਚਾਰਾ, ਜੈਕ ਵੀ ਹੋ ਗਿਆ ਰੈਡੀ ਜਮਾ। ਚਲੋ ਕਿਰਾਂ ਆ ਜਾਓ ਮੁੰਡੇ, ਹੌਲੀ ਹੌਲੀ ਆਪਾਂ ਵੀ ਚੱਲੀਏ ਉੱਧਰ ਮਿਸਤਰੀ ਕੋਲੇ। ਅਤੇ ਆਪਾਂ ਸਾਰਾ ਕੰਮ ਕਰਾਇਆ ਗਾ ਸਰਜੀਤ ਮਕੈਨਿਕ ਵਰਕਸ ਤੋਂ, ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੱਟਣਾ ਦੀ ਆ ਗਏ ਚੋਪਰ ਮਹਿਲਾ ਦਾ ਹਿੱਸਾ ਲੈ ਕੇ ਮਿਸਤਰੀ ਕੋਲ। ਮੈਂ ਤਾਂ ਆ ਗਿਆ ਚੱਕੀ ਆ ਜੋ ਕੇਰਾ ਜਾਉਂਦੀ ਅੱਜ
ਅੱਜ ਚੌਂਡੀਅਰ ਘਰੇ ਜਾਊਗਾ ਹੀ ਜਾਊਗਾ, ਪੂਰਾ ਖੁਸ਼ ਆ। ਮੈਂ ਤਾਂ ਹਿੱਸਾ ਆ ਗਿਆ, ਮਸਾਂ ਹੀ ਆਇਆ, ਮਸਾਂ ਹੀ ਪਹੁੰਚਿਆ ਭਰਾਵਾ। 6 ਦਿਨਾਂ ਬਾਅਦ ਆਫਟਰ 6 ਡੇਜ਼ ਹਿੱਸਾ ਵਰਕਸ਼ਾਪ 'ਚ ਪਹੁੰਚ ਚੁੱਕਿਆ। ਖੋਲ੍ਹਣ ਵਾਲੇ ਦਿਨ ਤਾਂ ਉੱਦਾਂ ਹੀ ਖੋਲ੍ਹ ਕੇ ਭੇਜਤਾ ਸੀਗਾ ਆਪਾਂ, 6 ਦਿਨ ਅਸੀਂ ਇਹਦੀ ਵੇਟ 'ਚ ਰਹੇ ਸਰ, ਇਹ ਚੀਜ਼ ਦੀ ਵੇਟ 'ਚ ਸਰ। ਚਲੋ ਚੱਲ ਚੱਲ ਡਿਸਕ ਬ੍ਰੇਕਾਂ ਵਾਲਿਆ, ਜਾਣ ਦੇ ਜਾਣ ਦੇ। ਲਓ ਜੀ ਆ ਗਿਆ ਆਪਣਾ ਜੈਕ, ਜੈਕ ਦੀ ਵੀ ਆਪਾਂ ਕਿੱਟ ਪਵਾਈ ਆ ਅਤੇ ਆਰਮੀ ਡੋਲ ਦੀ ਵੀ, ਅਤੇ ਆਹ ਆਪਣਾ ਹਿੱਸਾ ਡਨ ਹੋ ਗਿਆ। ਠੀਕ ਆ, ਇਹ ਤੁਹਾਨੂੰ ਉੱਦਾਂ ਹੀ ਲੱਗਦਾ ਹੋਊਗਾ, ਅਤੇ ਇਹ ਸਾਰੇ 'ਚ ਪੇਂਟ ਵੱਜਣਾ ਗਾ, ਪੇਂਟ ਬਾਅਦ 'ਚੋਂ ਮਾਰਾਂਗੇ, ਸਾਨੂੰ ਕਾਹਲੀ ਆ ਵੀ ਕੱਟ ਹੋ ਜਾਵੇ, ਬਾਅਦ 'ਚ ਦੇਖਾਂਗੇ, ਅਤੇ ਪੇਂਟ ਪੂੰਟ ਬਾਅਦ 'ਚ ਚੰਗੇ ਤਰੀਕੇ ਨਾਲ ਮਾਰਾਂਗੇ, ਚਾਹੇ ਲੱਗੇ 'ਤੇ ਮਾਰ ਦੀਏ ਲੱਗੇ 'ਤੇ ਵੀ ਕੋਈ ਚੱਕਰ ਨਹੀਂ, ਕਿਉਂਕਿ ਹੁਣ ਸਾਰੇ 'ਤੇ ਪੇਂਟ ਹੋਣਾ ਹੀ ਆ। ਵਧੀਆ ਤਰੀਕੇ ਨਾਲ ਫਿੱਟ ਕਰਾਈਏ ਉਹਨਾਂ ਨੂੰ ਪਹਿਲਾਂ, ਫਿਰ ਦੇਖਦੇ ਅੱਗੇ ਦੀ ਕਹਾਣੀ। ਲੈਟਸ ਡੂ ਇਟ ਗਾਈਸ, ਲੈਟਸ ਡੂ ਇਟ, ਲਿਆਓ ਹਿੱਸਾ ਕਰਾਂ, ਕਰ ਦਈਏ ਫਿੱਟ, ਕਰਾ ਦਈਏ ਸਿਰਾ, ਚੱਕੋ ਪਾਓ ਹੱਥ, ਕਿਰਾਂ ਨੂੰ ਲਾਈਏ, ਆਇਆ ਝੁੱਟ ਆ ਹਿੱਸਾ, ਚਾੜ ਤਾਂ ਲਿਆ, ਬਸ ਇਹਦੇ ਨੱਟ ਨੁੱਟ 'ਚ ਕਸ ਲਈਏ, ਹਜੇ ਐਂ ਆ ਐਂ ਹੋਣਾ ਜੇ ਹਿੱਸਾ, ਨੱਟ ਚੱਕ ਦੋ ਨਹੀਂ ਲੈਣੇ ਯਾਰ, ਜ਼ੋਰ ਨਹੀਂ ਮਾਰਦੇ, ਪਹਿਲਾਂ ਮੈਂ ਚੱਕ ਕੇ ਰੱਖਿਆ, ਹੁਣ ਬਣੂ ਨਾ ਗੱਲ, ਹੁਣ ਨੱਟ ਪਊਗਾ, ਚੱਲ ਪਿਆ ਕੰਮ, ਚੱਲ ਪਿਆ ਹੈ ਜੋਰਾਂ ਸ਼ੋਰਾਂ 'ਤੇ, ਹੋ ਜੀ ਚੱਲ ਪਿਆ, ਖਿੱਚਦਾ ਕੰਮ ਮਿਸਤਰੀ ਨੇ, ਗੱਲ ਆ ਕੋਈ ਆ ਹਿੱਸਾ ਇੰਨਾ ਮੁੜਿਆ ਕਰੂਗਾ ਹੁਣ, ਇਹ ਤਾਂ ਹਜੇ ਲਾਉਣੇ ਆ ਆਪਾਂ ਸਟੋਪਰ ਜੇ, ਹਾਂ ਉਹ ਲੱਗਣਗੇ ਹਜੇ ਬਾਅਦ 'ਚੋਂ, ਪਹਿਲਾਂ ਆਹ ਮਤਲਬ ਫਿੱਟ ਕਰ ਲਈਏ ਟਰੈਕਟਰ, ਚੱਲਦਾ ਤਾਂ ਕਰੀਏ ਫਿਰ ਦੇ ਦਿੰਦੇ। ਤੂੰ ਹੀ ਕੁੱਟੀ ਜਾਂਦਾ ਯਾਰ ਮੇਰੇ ਟਰੈਕਟਰ ਨੂੰ ਪਿਆਰ ਨਾਲ ਯਾਰ, ਹੋਰ ਦੇਖ ਲੈ ਜਿੰਨੇ ਤੂੰ ਥੋੜ੍ਹੇ ਚਲਾਏ, ਇੱਧਰ ਚੱਲਦੇ ਆ ਇਹ ਦਿਲ 'ਤੇ ਇੱਧਰਲੇ ਪਾਸੇ, ਇੱਥੇ ਚੱਲ ਰਿਹਾ ਮੇਰੇ ਦਿਲ 'ਤੇ ਇੱਥੇ, ਟਰੈਕਟਰ 'ਤੇ ਘੱਟ ਤੋਂ ਫਲਾ ਦਿਓ, ਮੇਰੇ ਵੱਧ ਲੱਗਦਾ ਦੇਖ ਕੇ, ਹਾਂ ਹੋਰ ਚੱਕਣਾ ਪਊਗਾ ਉੱਚਾ, ਫਿਰ ਕਿਤੇ ਜਾ ਕੇ ਟਾਇਰ ਪੈਣਗੇ, ਨਹੀਂ ਪੈਣੇ ਨਹੀਂ ਟਾਇਰ, ਤਸੱਲੀ ਕਰਾ ਦਿੱਤੀ ਤੈਨੂੰ, ਚੱਚਾ ਹੋ ਗਿਆ ਮੂਹਰੋਂ ਦੇਖਣ ਨੂੰ ਕਿਵੇਂ ਨਹੀਂ ਲੱਗਦਾ, ਪਤਾ ਨਹੀਂ ਲੱਗਦਾ ਵੀ ਉੱਚਾ ਕਰਿਆ ਹੋਇਆ ਨਾ, ਦੇਖੋ ਪਤਾ ਨਹੀਂ ਲੱਗਦਾ ਵੀ ਉੱਚਾ, ਹੈਂ ਕਦੋਂ ਦੇ ਕਹਿੰਦੇ ਆ ਵੀ ਕਰਾਈ ਦੇ ਕੰਮ, ਹੁਣ ਇਹਦੇ ਫਿਰ ਜਾਉਂਡੀਆ ਤਾਂ ਡਨ ਹੋ ਜੂ, ਫਿਰ ਉਹਨੂੰ ਕਰਦੇ ਆ ਸਾਈਡ 'ਤੇ, ਫਿਰ ਫੋੜਦਾ ਕਰਦੇ ਆ ਸ਼ੁਰੂ ਜਿਹੜਾ ਰਹਿੰਦਾ ਕੰਮ, ਫਿਰ ਦੋਨੇ ਟਾਇਰ ਔਕੇ ਹੋ ਜਾਣਗੇ ਪੂਰੇ, ਟਾਇਰ ਟੂਰ ਵੀ ਪੈ ਕੇ ਫੋੜਦੇ ਹਨਾ, ਤਾਂ ਕਰਕੇ ਮਿਸਤਰੀ ਨੇ ਕੋਈ ਚੀਜ਼ ਨਹੀਂ ਛੱਡੀ ਹੈਗੀ, ਬੈਰਿੰਗ ਸੀਲਾਂ ਲਵ ਸਭ ਕੁਛ ਹੀ ਪਤਾ, ਨਵਾਂ ਐਂਡ ਐਂਡ ਉਂਡ ਵੀ ਸਾਰਾ ਕੁਛ ਨਵਾਂ ਓਰੀਜਨਲ ਲਿਆ ਕੇ ਅਸੀਂ, ਅੱਛਾ ਕੈਨੇਡਾ 'ਚ ਕਿੱਥੇ ਪਾਵਾਂਗੇ, ਇੱਕ ਵਾਰ ਪਾ ਦਿੰਦੇ ਮਿਸਤਰੀ ਕਹਿੰਦਾ ਸਾਰਾ ਕੁਛ ਨਵਾਂ, ਮੈਂ ਕਿਹਾ ਚੱਲ ਪਾ ਦੇ, ਸਪੈਂਡਲ ਤਾਂ ਆਪਣੇ ਠੀਕ ਨੇ ਨਾ, ਸਪੈਂਡਲ ਤਾਂ ਚੇਂਜ ਕਰਨ ਵਾਲੇ ਇਹ ਤਾਂ ਠੀਕ ਨੇ ਨਾ, ਇਹ ਤਾਂ ਓਕੇ ਆ ਜਮਾਂ, ਅਤੇ ਬਸ ਹੁਣ ਜਮਾਂ ਕਰ ਦਈਏ ਇਹਨੂੰ ਫਿਟਿੰਗ ਡਨ, ਫਿਰ ਕਰਦੇ ਅੱਗੇ ਦੀ ਗੱਲਬਾਤ, ਤੁਹਾਨੂੰ ਦਿਖਾਉਂਦੇ ਹਾਂ ਤਬਾਹ ਧੂ ਕੇ ਬਾਅਦ 'ਚੋਂ ਵੀ ਕੀ ਕਰਾਇਆ ਕੀ ਆ ਅਸਲ ਵਿੱਚ, ਵੀ ਬਣਿਆ ਕੀ ਆ ਚੋਬਰ ਦਾ। ਲਓ ਜੀ ਹਨੇਰਾ ਹੋ ਗਿਆ,
ਪਰ ਕੰਮ ਚੱਲੀ ਜਾਂਦਾ ਔਨ ਟੌਪ ਆ, ਕਰਤਾ ਸਾਰਾ ਕੁਛ ਫਿੱਟ, ਉੱਤੋਂ ਤਾਂ ਹੋ ਗਿਆ ਡਨ, ਥੱਲੇ ਪਾਉਣ ਲੱਗੇ ਹੋਏ ਹਾਂ ਦੇਖੋ, ਆਹ ਵੀ ਹੋ ਗਿਆ ਫਿੱਟ ਆਪਣਾ, ਅਤੇ ਆਹ ਵੀ ਹੋ ਗਿਆ ਹਾਰਨ ਹੁਰਨ ਵੀ ਲੱਗ ਕੇ, ਬੈਟਰੀ ਰੱਖਣੀ ਆ ਗਈ, ਅਤੇ ਬਾਕੀ ਟਾਇਰ ਟੂਰ ਪਾਉਣੇ ਆ ਹੁਣ, ਸਪੈਂਡਰ ਵੀ ਕਸੇ ਗਏ ਜਮਾਂ, ਆਹ ਵੀ ਪੈ ਗਈ, ਅੱਛਾ ਨਵੇਂ ਪਾਤੇ, ਛਕੋ ਕਰੋ ਗੱਲਬਾਤ, ਚੱਲੀ ਜਾਂਦਾ ਕੰਮ, ਟਾਇਰ ਹੈਗੇ ਪਾਉਣੇ, ਬੰਪਰ ਕਸਤਾ ਕਹਿੰਦੇ ਢਿੱਲੋਂ ਨੇ, ਹੈ ਢਿੱਲੋਂ ਕਿੱਧਰੋਂ ਅੱਜ ਚੰਦ ਚੰਦ ਕੀ ਚੜ ਗਿਆ, ਕੀ ਹੁੰਦਾ ਕਿੱਧਰੋਂ ਸੂਰਜ ਚੰਦ ਕਿੱਧਰੋਂ ਚੰਦ ਚੜ ਗਿਆ, ਅੱਜ ਢਿੱਲੋਂ ਪਹੁੰਚ ਗਿਆ ਸਾਡੇ ਕੋਲ, ਦਰਸ਼ਨ ਦਿਖਾਤੇ ਢਿੱਲੋਂ ਨੇ, ਕੱਲ੍ਹ ਵੀ ਸੀ, ਕੱਲ੍ਹ ਵਲੋਗ ਨਹੀਂ ਬਣਾਇਆ ਆਪਾਂ, ਅਤੇ ਕਦੀ ਬੰਪਰ ਆਪਾਂ ਫਿੱਟ ਕਰਤਾ ਨਟ ਚੜ ਗਿਆ, ਮਾੜੇ ਤਾਹੁਣ ਚੱਕ ਯਾਰ, ਹੈਂ ਲਾ ਜ਼ੋਰ ਢਿੱਲੋ ਯਾਰ, ਤੇਰੇ ਇੰਨਾ ਜ਼ੋਰ ਆ ਤੇਰੇ 'ਚ, ਅਤੇ ਬਸ ਟਾਇਰ ਟੂਰ ਕੱਸਦੇ ਹਾਂ, ਜੈੱਕ ਵੀ ਕਸਿਆ ਗਿਆ, ਪੈਪਾਂ ਵੀ ਲੱਗ ਗਈਆਂ, ਅਤੇ ਸਾਰਾ ਕੁਛ ਹੋ ਗਿਆ ਡਨ, ਬੈਟਰੀ ਧਾਨੀ ਆ, ਅਤੇ ਬਾਕੀ ਆਲਮ ਡੋਰ ਰਹਿੰਦਾ, ਆਲਮ ਡੋਰ ਰਹਿ ਗਿਆ, ਬਾਕੀ ਤਾਂ ਸਾਰਾ ਕੰਮ ਹੋ ਗਿਆ ਆਪਣਾ, ਫਾਈਨਲੀ ਲੱਗ ਗਈ ਹੈਂਜੀ, ਨਾ ਮਿਸਤਰੀ ਐਂ ਨਾ ਕਹਿ, ਹੁਣ ਤੂੰ ਆਲਮ ਡੋਰ ਕਹਿੰਦਾ ਕੱਲ੍ਹ ਲਾ ਦਾਂਗੇ, ਅਸੀਂ ਲੈ ਕੇ ਕਿਵੇਂ ਜਾਵਾਂਗੇ, ਮੇਰੇ ਕੋਲ ਕੋਈ ਸਾਧਨ ਨਹੀਂ ਹੈਗਾ ਘਰੇ ਜਾਣ ਨੂੰ, ਨਹੀਂ ਐਂ ਨਾ ਕਹਿ ਯਾਰ, ਤੂੰ ਐਂ ਕਹਿ ਵੀ ਕਰਕੇ ਦਿੰਦਾ, ਤੂੰ ਜਾ ਯਾਰ ਟਰੈਕਟਰ ਲੈ ਕੇ, ਪਿਆਰ ਹੀ ਇੰਨਾ ਪੈਗਾ ਵੀ 6 ਦਿਨ ਹੋ ਗਏ ਟਰੈਕਟਰ ਖੜ੍ਹੇ ਨੇ, ਇਹ ਬੈਟਰੀ ਧਾਬੀ ਆ ਫਿਰ, ਲਓ ਜੀ ਇੱਕ ਟਾਇਰ ਤਾਂ ਕੱਸਤਾ, ਅਤੇ ਆਹ ਬੈਟਰੀ ਤਾਂ ਅਸੀਂ ਕਰਾੜ ਦੇਣਗੇ, ਇੱਕ ਹੈਗੀ ਆ, ਇੱਕ ਹੈ ਨਹੀਂ ਸੀਗੀ ਇਹਦੀ, ਅਤੇ ਬੈਟਰੀ ਹੁਣ ਇੱਦਾਂ ਹੀ ਰੱਖ ਕੇ ਲੈ ਜਾਣੀ ਪੈਣੀ ਹੌਲੀ ਹੌਲੀ, ਮਤਲਬ ਪਹਿਲਾਂ ਵੀ ਇੱਦਾਂ ਹੀ ਰੱਖੀ ਹੋਈ ਸੀ, ਇੱਕ ਨਾਲ ਹੀ ਉਹ ਮਾੜਾ ਖੜਾਇਆ ਹੋਇਆ ਸੀਗਾ, ਹੁਣ ਆਪਾਂ ਇਹ ਏਜੰਸੀ 'ਚੋਂ ਲੈ ਕੇ ਪਾਵਾਂਗੇ ਨਵਾਂ, ਚਲੋ ਕੋਈ ਨਾ ਸਾਰ ਦਿਓ ਨਾ ਟਾਈਮ, ਸਾਰਨਾ ਵੀ ਚਾਹੀਦਾ, ਹੋਰ ਫਿਰ ਕਿਵੇਂ ਆ, ਕਸਾਦੇ ਟਾਇਰ, ਇੱਕ ਤਾਂ ਕਸਿਆ ਗਿਆ, ਹੁਣ ਇਹ ਟੇਢਾ ਜਿਹਾ ਤਾਂ ਲਾ ਦਾ ਕਿਉਂਕਿ ਇਹ ਬਹੁਤ ਉੱਚਾ ਜਾਊਗਾ ਜੈੱਕ, ਆਹ ਦੇਖੋ ਕਿੱਥੇ ਫਿਰਦਾ, ਇਹਨੇ ਇੱਥੇ ਆਉਣਾ ਕਿਤੇ ਜਾ ਕੇ, ਫਿਰ ਕਿਤੇ ਜਾ ਕੇ ਟਾਇਰ ਪਊਗਾ, ਦੇਖੋ ਵੀ ਇੰਨਾ ਉੱਚਾ ਹੋ ਗਿਆ ਹੁਣ ਟਰੈਕਟਰ, ਕਦੀ ਬਾਕੀ ਐਂ ਝੋਟੇ ਨੇ ਇੱਥੇ ਖੜਿਆ ਕਰਨਾ ਬੰਪਰ ਨੇ, ਲਓ ਜੀ ਜੈੱਕ ਲਾ ਕੇ ਇੱਧਰੋਂ ਚੱਕਣ ਲੱਗ ਗਏ ਅਸੀਂ, ਅਤੇ ਦੇਖਦੇ ਹਾਂ ਹੁਣ ਕਿੰਨਾ ਕੁ ਉੱਚਾ ਜਾਂਦਾ ਗਾ, ਤਾਂ ਹੁਣੀ ਹਜੇ ਕੁਛ ਕਰਿਆ ਵੀ ਨਹੀਂ, ਹਜੇ ਹੁਣ ਉੱਚਾ ਹੋ ਗਿਆ, ਹਜੇ ਤਾਂ ਜਾਊਗਾ ਕਾਫੀ, 3 ਇੰਚ 4 ਇੰਚ ਕਾਫੀ ਹੁੰਦਾ ਗਾ, ਹਜੇ ਇੱਥੇ ਉਹ ਲਾਉਣਾ ਗਾ, ਇੱਥੇ ਪੀਸ ਲੱਗੂਗਾ ਇੱਕ ਜਿਹਦੇ ਨਾਲ ਰੋਕੂਗਾ, ਮਿੱਸਾ ਐਂ ਬਾਹਲਾ ਹੁੰਦਾ ਹੁਣ, ਅਤੇ ਬਾਕੀ ਪੇਂਟ ਵੱਜਣਾ ਜੀ ਕੱਲ੍ਹ ਨੂੰ ਆਉਣਾਗੇ ਪੇਂਟ ਪੂੰਟ ਜਿਹਾ, ਹਾਂ ਹੁਣ ਖੜੂਗਾ ਚੋਬਰ ਤਾਂ, ਹਾਂ ਹੋ ਕੇ ਉੱਚਾ ਹੋ ਕੇ ਚੋਬਰ ਹੁਣ ਘੋੜੇ ਵਾਂਗੂ ਖੜੂ, ਠੀਕ ਆ ਚੱਕ ਦਿਓ ਜੈੱਕ, ਹੋਰ ਟਾਇਰ ਪਾਈਏ ਇਹਦੇ, ਉਹ ਪਿਆ ਝੋਟਾ ਟਾਇਰ, ਸਾਰਾ ਕੁਛ ਫਿੱਟ ਹੋ ਗਿਆ, ਸਭ ਕੁਛ ਡਨ ਹੋ ਗਿਆ, ਟਰੈਕਟਰ ਸਟਾਰਟ ਤੋਂ ਕਰਨ ਤੋਂ ਬਾਅਦ ਕਰਨ ਤੋਂ ਪਹਿਲਾਂ ਉਹ ਜਿਹੜਾ ਉੱਧਰਲੇ ਟਾਇਰ ਦੇ ਹੱਬ ਆ ਹੈ ਨਾ, ਉਹ 'ਚ 3 ਨਟ ਫਰੀ ਨੇਗੇ, 3 ਨਟ ਜਦੋਂ ਖੋਲ੍ਹਿਆ ਉਦੋਂ ਤਾਂ ਜਮੀ ਨਹੀਂ ਸੀ ਕੁਛ, ਅਤੇ 3 ਨਟ ਫਰੀ ਯਾਰ ਹੋਣੇ ਹੀ ਚਾਹੀਦੇ, 3 ਨਟ ਫਰੀ ਤਾਂ 3 ਨਟ 'ਤੇ ਜਾਣਾ ਨਹੀਂ ਕਿਉਂਕਿ 6 ਨਟ ਤਾਂ ਹੁੰਦਾ ਹੈ, ਅਤੇ ਚਲੋ ਹੁਣ ਕੱਲ੍ਹ ਨੂੰ ਹੱਬ ਨਵੀਂ ਲਿਆ ਕੇ ਪਾਉਣੀ ਪਊਗੀ ਉੱਧਰ ਲਈ, ਫਿਰ ਬਣੂ ਗੱਲਬਾਤ ਗਾਹਾਂ ਜੀ, ਚਲੋ ਕੋਈ ਨਾ ਹੁਣ ਆਹ ਪੱਲੜਾ ਘੱਟ ਢੱਕਦੇ ਹਾਂ, ਉਹਨੂੰ ਸਵੇਰੇ ਦੇਖਦੇ ਹਾਂ, ਚਲੋ ਲੈ ਆਈ ਪੱਲੜ ਚੱਕੀ, ਲਓ ਜੀ ਮਿੱਤਰੋ ਦੇਖੋ ਆਹ ਦੇਖੋ ਨਟ ਦੇ ਵਿੱਚ ਚੂੜੀਆਂ ਸਲਿੱਪ ਹੋ ਗਈਆਂ, ਅਤੇ ਤਾਂ ਕਰਕੇ ਆਪਾਂ ਨਾ ਦੇਖੋ ਉਹਦੇ ਵਿੱਚੋਂ 1 ਮਿੰਟ, ਉਹ ਦੇਖੋ ਤੁਸੀਂ ਧਿਆਨ, ਅੰਦਰ ਚੂੜੀਆਂ ਹੀ ਨਹੀਂ ਹੈਗੀਆਂ, ਅਤੇ ਇੱਕ ਆਪਣੇ ਨਟ ਚੜ੍ਹਦੇ ਵੀ ਇੰਨੇ ਕੇ ਆ ਕਿਉਂਕਿ ਰਿਮ ਦੀ ਪਲੇਟ ਬਹੁਤ ਮੋਟੀ ਆ, ਅਤੇ ਆਪਾਂ ਨਾ ਹੱਬ ਦੇ ਨਟ ਲੰਬੇ ਲੈ ਕੇ ਪਾ ਦੇਣੇ ਆ, ਅਤੇ ਹੱਬ ਆਪਾਂ ਨਵੀਂ ਲੈ ਲੈਣੀ ਆ, ਨਵੀਂ ਲੈ ਕੇ ਪਾਵਾਂਗੇ ਇੱਧਰ ਲਈ, ਨਵੀਂ ਪਾਉਣੀ ਪੈਣੀ ਆ ਕਿਉਂਕਿ ਨਹੀਂ ਦੇਸੀ ਜਿਹਾ ਕੰਮ ਆ ਚੁੱਕਾ ਉਹਨੂੰ, ਜੇ ਆਪਾਂ ਨਾ ਨਟ ਲੰਬੇ ਪਾ ਕੇ ਅੰਦਰਲੇ ਪਾਸੇ ਬੋਲਟ ਪਾਉਂਦੇ ਹਾਂ ਉਹ ਵਧੀਆ ਨਹੀਂ ਰਹਿੰਦਾ ਹੈਗਾ, ਕਰਾ ਤਾਂ ਉਵੇਂ ਵੀ ਸਕਦੇ ਹਾਂ
ਜੇ ਨਾ ਨਟ ਲੰਬੇ ਮਿਲੇ ਫਿਰ ਕਰਾਉਣਾ ਉੱਦਾਂ ਹੀ ਪੈਣਾ, ਅੰਦਰਲੇ ਪਾਸੇ ਮੂਵਸ ਮਾਰ ਕੇ ਜਾਂ ਤਾਂ ਹੈ ਨਾ ਮੋਟੇ ਨਟ ਦੀਆਂ ਗਲੀਆਂ ਮਾਰਨੀਆਂ ਪੈਣੀਆਂ, ਉਦੋਂ ਹੁਣ ਕੱਲ੍ਹ ਨੂੰ ਪਤਾ ਲੱਗੂਗਾ। ਚਲੋ ਆਪਣਾ ਮੇਨ ਮੇਨ ਕੰਮ ਹੋ ਗਿਆ ਹਿੱਸੇ ਦਾ, ਅਤੇ ਕੱਲ੍ਹ ਨੂੰ ਨਾਲੇ ਪੇਂਟ ਮਾਰ ਦਾਂਗੇ ਚੰਗੀ ਤਰੀਕੇ ਨਾਲ, ਹੁਣ ਓਕੇ ਰਿਪੋਰਟ ਕਰ ਹੀ ਦੇਵਾਂਗੇ। ਚਲੋ ਫਿਰ ਹੁਣ ਚੱਲੀਏ ਆਪਾਂ ਘਰੇ, ਕਿਸੇ ਨਾਲ ਦੇਖਦੇ ਹਾਂ, ਹੁਣ ਢਿੱਲੋਂ ਨੂੰ ਕਰਦੇ ਹਾਂ ਫੋਨ ਜਾਂ ਕਿਸੇ ਹੋਰ ਨੂੰ ਦੇਖਦੇ ਹਾਂ। ਢਿੱਲੋਂ ਚੱਲਿਆ ਗਿਆ ਸੀ ਘਰੇ, ਕਿਵੇਂ ਚੱਲੀਏ ਆਪਾਂ ਫਿਰ ਘਰੇ? ਰਾਤ ਤਾਂ ਆਪਾਂ ਨੂੰ ਟਰੈਕਟਰ ਮਿਲਿਆ ਨੀਗਾ, ਅਤੇ ਹੁਣ ਚੱਲਿਆ ਮੈਂ ਹੱਬ ਲੈਣ, ਜਿਹੜਾ ਤੁਹਾਨੂੰ ਰਾਤ ਦੱਸਿਆ ਸੀਗਾ ਵੀ ਹੱਬ ਉਹ ਹੋ ਗਈ ਚੂੜੀਆਂ ਨਹੀਂ ਸਲਿੱਪ ਨੇ ਉਹਦੀਆਂ, ਹੈ ਨਾ, ਨਟ ਨਾਲ ਚੱਕ ਲਿਆ। ਜੇ ਨਟ ਲੰਬੇ ਮਿਲਦੇ, ਲੰਬੇ ਤਾਂ ਵੈਸੇ ਆਪਾਂ ਨੂੰ ਪਾਉਣੇ ਪੈਣੇ ਆ ਕਿਉਂਕਿ ਹੱਬ ਦੀ ਪਕੜ ਘੱਟ ਆ ਗਈ, ਅਤੇ ਇਹ ਵੀ ਨਾਲ ਲਿਆਵਾਂ, ਇੱਕ ਨਟ ਨਾਲ ਲੈ ਲਿਆ ਆਪਾਂ, ਠੀਕ ਆ। ਪਹਿਲਾਂ ਇੱਥੇ ਮੰਡੀ 'ਚ ਪਤਾ ਕਰਦੇ ਹਾਂ ਲੰਬੇ ਨਟ ਮਿਲਦੇ ਹੋਏ, ਰਾਤ ਤਾਂ ਦੁਕਾਨਾਂ ਅੱਧੀਆਂ ਬੰਦ ਵੀ ਹੋ ਗਈਆਂ ਸੀਗੀਆਂ। ਮੈਂ ਇੱਥੇ ਡੇਲੋਂ ਹੈ ਨਾ ਜੌਂਡੀਆ ਦੀ ਏਜੰਸੀ 'ਚ ਆਇਆ ਸੀਗਾ, ਅਤੇ ਬਹੁਤ ਵਧੀਆ ਪਿਆਰ ਨਾਲ ਟ੍ਰੀਟ ਕਰਦੇ ਆ ਇਹ। ਦੋ ਸਪਰੇਆਂ ਲੈ ਲਈਆਂ ਆਪਾਂ, ਬਾਈ ਨੇ ਮੈਨੂੰ ਸਲਾਹ ਦਿੱਤੀ ਵੀ ਆਹ ਨਟ ਪਾ ਲਾ ਵੀ ਫਿਲਹਾਲ ਲਈ, ਬਾਅਦ 'ਚੋਂ ਤੂੰ ਮੂਸ ਮਿਲਾ ਕੇ ਹੈ ਨਾ ਖਰਾ ਦੀਏ ਤੂੰ ਵਧੀਆ ਤਰੀਕੇ ਨਾਲ ਹੈ ਨਾ ਚੂੜੀਆਂ ਪਵਾ ਕੇ ਵੱਡਾ ਨਟ ਪਾ ਦੀ, ਵੀ ਆਹ ਪਾ ਕੇ ਦੇਖ ਲਾ, ਮੇਰਾ ਟੈਂਪਰੇਰੀ ਕੰਮ ਚੱਲ ਜਾਣਾ। ਅਤੇ ਆਪਾਂ ਦੋ ਲੈ ਲਈਆਂ ਹਰੇ ਰੰਗ ਦੀਆਂ ਸਪਰੇ, ਹਾਂ ਬਿੱਲ ਕਟਾ ਲਿਆ, ਚੱਲੀਏ। ਪਹੁੰਚ ਗਏ ਜੀ ਮਿਸਤਰੀ ਦੇ ਵਰਕਸ਼ਾਪ 'ਤੇ, ਅਤੇ ਨਟ ਆਪਣੇ ਪਹਿਲਾਂ ਵਾਲੇ ਸੀਗੇ, ਤੁਹਾਨੂੰ ਦਿਖਾਉਣਾ ਮੈਂ। ਆਹ ਦੇਖੋ ਪਹਿਲਾਂ ਆਪਣਾ ਆਹ ਨਟ ਸੀਗਾ, ਠੀਕ ਆ, ਅਤੇ ਇਹ ਨਟ ਦੀ ਚੂੜੀਆਂ ਇੱਥੇ ਤੱਕ ਨੇ, ਇਹ ਅੱਧ ਤੱਕ ਜਾਂਦਾ ਗਾ, ਅਤੇ ਹੁਣ ਆਪਾਂ ਆਹ ਨਟ ਪਾਉਣਾ ਗਾ। ਇੰਨਾ ਤਾਂ ਇਹ ਵਿੱਚ ਰਹਿ ਜਾਣਾ, ਇਹ ਇਦੋਂ ਪਤਲਾ ਗਾ, ਇਹ ਮਤਲਬ ਇਹ ਚੂੜੀ 'ਚ ਫਸੂਗਾ ਨਹੀਂ। ਆਹ ਟੋਪੀ ਖੋਲ੍ਹ ਕੇ ਆਪਾਂ ਪਰਲੇ ਪਾਸੇ ਪਾ ਦੇਣੀ ਆ, ਇਹ ਟੈਂਪਰੇਰੀ ਕੰਮ ਆ, ਠੀਕ ਆ, ਅਤੇ ਆਪਾਂ ਮਤਲਬ ਵਧੀਆ ਤਰੀਕੇ ਨਾਲ ਕੰਮ ਕਰਾਂਗੇ। ਦੇਖੋ ਆਹ ਨਟ ਪੈ ਜਾਣਾ ਇੱਦਾਂ, ਇੱਦਾਂ ਪੈ ਗਿਆ ਹੈ, ਠੀਕ ਆ। ਫਰਕ ਲੱਗਦਾ? ਨਹੀਂ ਲੱਗਦਾ। ਇਹਦੇ ਪਿਛਲੇ ਪਾਸੇ ਆਹ ਦੇਖੋ ਐਂ ਆ ਗਿਆ ਨਾ ਬਾਹਰੇ, ਪਿਛਲੇ ਪਾਸੇ ਆਪਾਂ ਐਂ ਚਾੜ ਦੇਣਾ, ਠੀਕ ਆ, ਐਂ ਆਪਾਂ ਸਾਰੇ ਨਟ ਚਾੜ ਦੇਣੇ ਆ ਇਹ। ਅਤੇ ਇਹ ਸ਼ਾਇਦ ਆਪਾਂ ਇਹ 'ਚ ਮੂਸ ਮਰਾ ਕੇ ਵੱਡਾ ਨਟ ਪਾਵਾਂਗੇ, ਤੁਹਾਨੂੰ ਕੰਮ ਬਾਹਲਾ ਵੱਧ ਜਾਣਾ ਸੀ, ਤਾਂ ਕਰਕੇ ਆਪਾਂ ਟੈਂਪਰੇਰੀ ਆ ਕਸ ਦਈਏ। ਹੱਬ ਦੇ ਨਟ ਕੱਸ ਕੇ ਅਸੀਂ ਟਰੈਕਟਰ ਮੋੜ ਲਿਆ, ਦੇਖੋ ਮੂਹਰੋਂ ਕਿੰਨਾ ਉੱਚਾ ਹੋ ਗਿਆ ਕਹਿਣ ਦਾ ਹੈ ਨਾ ਪੂਰਾ, ਅਤੇ ਥੱਲੇ ਇਹਦੇ ਹਿੱਸੇ ਦੇ ਕੋਪ ਪਾਵਾਂਗੇ ਵਧੀਆ ਜਿਹਾ ਇੱਥੋਂ। ਯਾਰ ਮੈਂ ਸੋਚਦਾ ਜੀ ਇੱਥੋਂ ਇੱਕ ਪਲੇਟ ਹੋਰ ਧਰਾ ਦਈਏ, ਇੱਕ ਪਲੇਟ ਇੱਥੇ ਤੱਕ, ਜਿਹਦਾ ਪਤਾ ਲੱਗੇ ਵੀ ਹਿੱਸਾ ਉੱਚਾ ਕੀਤਾ ਹੋਇਆ। ਹੁਣ ਮੂਹਰੋਂ ਦੇਖੋ ਪਤਾ ਲਾ ਦਾ ਇੱਥੋਂ, ਇੱਕ ਮਿੰਟ ਇੱਥੋਂ ਦੇਖੇ ਤਾਂ ਪਤਾ ਲਾ ਦਾ ਵੀ ਹਿੱਸਾ ਉੱਚਾ ਕੀਤਾ ਹੋਇਆ ਹੈ ਨਾ, ਦੇਖੋ ਇੱਥੋਂ ਦੇਖੇ ਤਾਂ ਪਤਾ ਲਾ ਦਾ, ਅਤੇ ਉਹ ਤਾਂ ਆਪਾਂ ਕਰਦੇ ਹਾਂ ਕੋਈ ਇਲਾਜ, ਜਿਹੜਾ ਪਤਾ ਨਾ ਲੱਗੇ। ਬਾਕੀ ਇੱਥੇ ਪੇਂਟ ਵੱਜ ਗਏ ਤਾਂ ਜਮਾਂ ਹੀ ਪਤਾ ਲੱਗਣਾ ਵੀ ਕਿਹੜਾ ਹਿੱਸਾ ਕੀ ਕੀਤਾ ਹੋਇਆ ਹੈ ਨਾ, ਹੁਣ ਇਹ ਪੇਂਟ ਦਾ ਫਰਕ ਪਤਾ ਲਾ ਦਾਗਾ, ਪੇਂਟ ਮਾਰ ਦਿੰਦਾ ਜੀ ਓਰੀਜਨਲ ਲੈ ਆਇਆ ਸੀ ਦੋ ਸਪਰੇਆਂ। ਲਓ ਜੀ ਮਿਸਤਰੀ ਕਿਹੜਾ ਘੱਟ ਆ ਸਾਡਾ, ਬਾਹਲੀ ਸੀ ਕਿੰਨੀ ਲਾਉਂਦਾ, ਹੁਣ ਵੀਡੀਓ ਬਣਾਊਗਾ, ਵੀਡੀਓਗ੍ਰਾਫੀ ਚੱਲ ਰਹੀ ਆ, ਬਣਾ ਲਾ ਆਹ ਹੁਣ ਕੀ ਕਰਨਾ ਚਾਹੁੰਦਾ ਹੈ? ਨਾ ਲਓ ਜੀ ਆਪਣਾ ਸਾਰਾ ਕੰਮ ਡਨ ਹੋ ਗਿਆ। ਇੱਧਰ ਸੇਖੋਂ ਬਾਈ ਆਇਆ ਸੀਗਾ ਆਪਣੇ ਕੋਲੇ, 100 ਰੁਪਏ ਨਾਲ ਰੀਲ ਬਣਾਉਂਦੇ ਸੀਗੇ, ਅਤੇ ਪਿੱਛੇ ਟਰੱਕ ਆ ਗਿਆ, ਹੁਣ ਗੱਡੀ ਸਾਈਡ 'ਤੇ ਕਰਨ ਲੱਗਿਆ। ਬਾਕੀ ਤੁਸੀਂ ਲੁੱਕ ਦੱਸੋ ਹਿੱਸੇ ਦੀ ਕਿਵੇਂ ਆ, ਥੋੜ੍ਹਾ ਜਿਹਾ ਨਾ ਖਾਲੀ ਖਾਲੀ ਵੱਧ ਲੱਗਦਾ, ਉਹ ਆਪਾਂ ਭਰ ਦੇਣਾ ਗਾ। ਬਾਬਾ ਕਹਿੰਦਾ ਸਾਡੀ ਵੀ ਬਣਾ ਦੇ ਰੀਲ, ਅਤੇ ਦੇਖੋ ਤੁਸੀਂ ਇੱਦਾਂ ਦਾ ਲਾ ਦਾ ਹੁਣ ਕੁਛ ਕੱਢ। ਹਲੋ ਜੀ ਲਾਏ ਚੈੱਕ ਕਰੋ ਤੁਸੀਂ, ਵਿੱਚ ਲਾਈਟਾਂ ਲੱਗੀਆਂ ਹੋਈਆਂ ਨੇਗੀਆਂ, ਅਤੇ ਬਾਈ ਤੋਂ ਪੁੱਛਦੇ ਹਾਂ ਆਪਾਂ ਇਹ ਕਿੰਨੇ ਇੰਚੀ ਪਾਏ ਹੋਏ ਹੈਗੇ, ਮੂਹਰੇ ਉੱਲੂ ਵਾਲੀਆਂ ਲਾਈਟਾਂ ਆਈਆਂ ਹੋਈਆਂ, 3 ਵਾਲੀਆਂ ਨੇਗੀਆਂ ਇਹ। ਬਾਈ ਆਪਾਂ ਕਿੰਨੇ ਇੰਚੀ ਪਾਏ ਹੈਗੇ ਲਾਏ ਇਹ? 24 ਆ, ਠੀਕ ਆ, ਪ੍ਰੋਫਾਈਲ ਤਾਂ ਮੈਨੂੰ ਲੱਗਦਾ 25 ਆ ਨਾ, 24 ਆ, 295 35 24 35 ਹੈਗੀ ਪ੍ਰੋਫਾਈਲ ਇਹਦੀ, 35 ਪ੍ਰੋਫਾਈਲ ਆ, ਦੇਖ ਲਓ ਬਾਈ, ਬਹੁਤ ਦੇਖ ਕੇ ਚਲਾਉਣੀ ਪੈਂਦੀ ਹੋਊ ਨਾ, ਟੋਏ ਟੂਏ 'ਚ ਜਮਾ ਹੌਲੀ ਲੰਘਾਉਣੀ ਪੈਂਦੀ ਹੋਊਗੀ, ਜਦੋਂ ਇਹ ਟੋਏ 'ਚ ਡਿੱਗਦੀ ਦਿਲ 'ਤੇ ਵੱਜਦੀ ਹੋਊਗੀ ਸੱਟ ਵੀ, ਹਾਂ ਯਾਰ ਵੀ ਲਾਇਆ ਨਾ ਟੁੱਟ ਜਾਣ।
ਤੇ ਇਹ ਕਿੰਨੇ ਦੇ ਪਏ ਸੀ ਭਾਈ ਆਪਣੇ ਚਾਰੇ ਲਾਏ ਪਲੱਸ ਟਾਇਰ? 2 ਲੱਖ ਦੇ ਪਏ ਪਲੱਸ ਟਾਇਰ। ਆਪਣੇ ਆਪਣੇ ਵੀ ਲੱਖ ਲੱਗ ਗਿਆ ਸੀਗਾ, ਪਰ ਆਪਾਂ ਉਹ ਪ੍ਰੋਫਾਈਲ ਵੀ ਵੱਧ ਪਵਾਈ ਆ, ਨਾਲੇ 20 ਪਵਾਇਆ ਆਪਾਂ, ਅਸੀਂ 20 ਇੰਚ ਪਵਾਇਆ। ਸਾਨੂੰ ਐਂ ਆ ਵੀ ਕੰਫਰਟੇਬਲ ਰਾਈਡ ਚਾਹੀਦੀ ਆ। ਮੇਰੀ ਡਰਾਈਵਰੀ ਦੇਖ ਕੇ, ਡਰਾਈਵਿੰਗ ਆਪਣੀ ਥੋੜੀ ਵਧੀਆ ਵਾਲੀ ਆ, ਕੀ ਕਹਿ ਸਕਦੇ ਆ। ਚਿਕਵੇ ਨਹੀਂ ਕੀਤੇ ਕਦੇ ਮਿਹਨਤ ਨਾ ਆਏ ਆ, ਨਹੀਂ ਮਹਿੰਗੇ ਗੱਡ ਖਾਨੇ ਥੱਲੇ ਤਾਂ ਨਹੀਂ ਓਏ ਨਹੀਂ। ਆਹ ਦੇਖੋ ਅਸੀਂ ਰਾਤ ਨੂੰ ਕਿਹਦੇ ਕੋਲ ਪਹੁੰਚ ਗਏ, ਕੀ ਹਾਲ ਆ? ਬੜਾ ਖਲਾਰਾ ਪਾਈ ਬੈਠੇ ਹੋ, ਆਹ ਪਾ ਕੇ ਦੇਖਣੇ ਆਪਾਂ, ਘੈਂਟ ਲੱਗਣਗੇ ਆਪਣੇ ਨਾਲ ਦੇ। ਅਸੀਂ ਗੱਡੀ ਵਾਲੇ ਬਾਈ ਨੂੰ ਪਿੰਡੋਂ ਸੱਦੇ ਆ, ਮੈਂ ਨੂਰ ਉੱਪਲ, ਅਸੀਂ ਇਹੀ ਕਰ ਲੈਂਦੇ ਹਾਂ 9-11 ਵਜੇ, ਨੰਬਰ ਸਪੈਸ਼ਲ ਹੈ। ਦੂਜਾ ਕਿੱਥੇ? ਇੱਕ ਤਾਂ ਪਿਆ, ਅੱਛਾ ਸੀਗਾ ਟਾਇਰ ਵਧੀਆ ਨੇ ਇਹ ਯਾਰ, ਇਹ ਸਿਰ ਹੀ ਆ ਬੰਦਾ ਨਾ। ਦੇਖ ਲਾ ਜਾਣਾ ਬੰਦੇ ਨੇ ਸਵੇਰੇ ਗੇੜੇ ਤੇ, ਤੈਨੂੰ ਲਾਉਣੇ ਪੈਣੇ ਆ ਹੁਣ। ਚਾਚ ਤੋਂ ਬਦਲਾਉਣੇ ਆ, ਕਸਨੇ ਵੀ ਆ ਰਾਤ ਨੂੰ ਕਹਿੰਦੇ ਟਾਇਰ ਚੱਕ ਲਏ ਜਿਵੇਂ ਤੁਹਾਨੂੰ ਪਤਾ ਹੀ ਆ, ਤੇ ਹਾਈਟੈਕ ਕੋਲੇ ਆਏ ਸੀਗੇ, ਉਧਰ ਡੈਕ ਚੈੱਕ ਕਰਦੇ ਆਉਂਦੇ ਆ ਚੋਬਰ ਮਹਿੰਦਰੇ ਤੇ ਗੁਰੀ ਵਾਲੇ ਤੇ। ਕਿੱਡੀ ਦੂਰ ਤੱਕ ਸੁਣਦਾ ਗਾ, ਕਿੱਡੀ ਦੂਰ ਤੱਕ ਸੁਣਦਾ, ਪਿੱਛੇ ਆਉਂਦੇ ਆ ਕਾਫੀ।